ਉਹਨਾਂ ਦੇ ਹੋਰ ਅਧਿਕਾਰੀ ਸੀਗੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਗੱਲਬਾਤ ਤੇ ਅਸੀਂ ਉਹਨਾਂ ਦੇ ਗਾੜੀ ਬੇਨਤੀ ਕੀਤੀ ਆ ਵੀ ਜਿਹੜਾ ਪਹਿਲਾ ਐਲਾਨ ਹੋਇਆ ਸੀਗਾ ਵੀ ਰਿੰਗ ਰੋਡ ਦੇ ਅੰਦਰ ਜਿਹੜਾ ਆਪਾਂ ਟਰੈਕਟਰ ਪਰੇਡ ਕਰਨੀ ਸੀ ਉਹਨਾਂ ਨੂੰ ਕਿਹਾ ਵੀ ਸਾਨੂੰ ਉਹ ਮੁਹੱਈਆ ਕਰਵਾਈ ਜਾ ਸਕੇ ਠੀਕ ਹੈ ਜੀ ਉਹਨਾਂ ਵੱਲੋਂ ਕੁਝ ਆਪਣੀਆਂ ਗੱਲਾਂ ਰੱਖੀਆਂ ਗਈਆਂ ਨੇ ਠੀਕ ਆ ਵੀ ਆਹ ਸਾਡੇ ਸਾਹਮਣੇ ਸਮੱਸਿਆਵਾਂ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਤੁਹਾਡੇ ਨਾਲ ਸਹਿਮਤੀ ਕਰਕੇ ਰੂਟ ਐਲਾਨਿਆ ਗਿਆ ਬਿਲਕੁਲ ਅਸੀਂ ਕਿਹਾ ਵੀ ਸਾਡੇ ਨਾਲ ਸਹਿਮਤੀ ਕੋਈ ਨਹੀਂ ਹੋਣੀ ਨਾ ਅਸੀਂ ਕਿਸੇ ਮੀਟਿੰਗ ਦਾ ਪਾਰਟ ਰਹੇ ਹਾਂ ਨਾ ਹਿੱਸਾ ਰਹੇ ਹਾਂ ਸਾਡੇ ਕੋਲ ਇੱਕ ਹੀ ਇਨਫੋਰਮੇਸ਼ਨ ਸੀ ਵੀ ਜਿਹੜਾ ਰੂਟ ਪਹਿਲੋਂ ਐਲਾਨ ਕੀਤਾ ਉਸੇ ਰੂਟ 'ਤੇ ਹੀ ਟਰੈਕਟਰ ਪਰੇਡ ਹੋਣੀ ਆ ਜਦੋਂ ਸਾਨੂੰ ਕੱਲ੍ਹ ਰਾਤ ਪਤਾ ਲੱਗਾ ਵੀ ਜਿਹੜਾ ਐਲਾਨ ਕੀਤਾ ਗਿਆ ਰੂਟ ਸੀਗਾ ਉਹ ਹੋਰ ਸੀਗਾ ਅਤੇ ਜਿਹੜਾ ਰੂਟ ਹੁਣ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੋ ਰਿਹਾ ਅਤੇ ਅਸੀਂ ਉਸੇ ਵੇਲੇ ਇਹਦੇ 'ਤੇ ਆਪੱਤੀ ਕੀਤੀ ਆ ਇਹਦੇ 'ਤੇ ਬੇਭਰੋਸਗੀ ਜਤਾਈ ਆ ਅਤੇ ਆਪਣੀ ਜਥੇਬੰਦੀ ਦੀ ਮੀਟਿੰਗ ਸੱਦੀ ਆ ਸਾਡੀ ਸੂਬਾ ਕੋਰ ਕਮੇਟੀ ਨੇ ਫੈਸਲਾ ਕੀਤਾ ਵੀ ਇਹ ਪੁਲਿਸ ਦਾ ਰੂਟ ਸਾਨੂੰ ਮਨਜ਼ੂਰ ਨਹੀਂ ਹੈਗਾ ਕੱਲ੍ਹ ਵੀ ਯਾਦਵ ਜੀ ਜਿਹੜੇ ਹੈਗੇ ਨੇ ਜੁਆਇੰਟ ਪੁਲਿਸ ਕਮਿਸ਼ਨਰ ਸ਼ਾਇਦ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਸੀ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਵੀ ਇਹ ਰੂਟ ਸਾਨੂੰ ਪ੍ਰਵਾਨ ਨਹੀਂ ਹੈਗਾ ਨਾ ਤੁਹਾਡੀ ਸਾਡੇ ਨਾਲ ਗੱਲਬਾਤ ਹੋਈ ਆ ਨਾ ਸਾਨੂੰ ਇਹਦੇ ਬਾਰੇ ਕੋਈ ਪਤਾ ਹੈਗਾ ਅਸੀਂ ਸੋ ਇਸ ਕਰਕੇ ਹੁਣ ਫਿਰ ਗੱਲਬਾਤ ਕਰਕੇ ਆਏ ਹਾਂ ਇਸ ਗੱਲਬਾਤ ਵਿੱਚ ਦੋਵਾਂ ਧਿਰਾਂ ਦੀ ਕੋਈ ਸਹਿਮਤੀ ਨਹੀਂ ਬਣੀ ਅਤੇ ਫਿਰ ਅਸੀਂ ਜਾ ਰਹੇ ਹਾਂ ਹੁਣ ਫਿਰ ਅਸੀਂ ਰਿਕੁਐਸਟ ਕਰਤੀ ਆ ਉਹਨਾਂ ਨੂੰ ਵੀ ਤੁਸੀਂ ਆਪਦੇ ਆਲਾ ਅਧਿਕਾਰੀਆਂ ਨਾਲ ਉੱਪਰ ਗੱਲ ਕਰੋ ਜੇ ਕੋਈ ਸਹਿਮਤੀ ਬਣ ਜੂਗੀ ਤਾਂ ਬਹੁਤ ਚੰਗੀ ਗੱਲ ਆ ਸਾਡਾ ਆਪਣੇ ਵੱਲੋਂ ਇਹੀ ਆ ਵੀ ਮੈਂ ਸਾਰੇ ਸਵਾਲਾਂ ਦੇ ਵੀ ਅਸੀਂ ਆਪਦੇ ਮਿੱਥੇ ਪ੍ਰੋਗਰਾਮ ਦੇ ਅਨੁਸਾਰ ਉਸ ਰੂਟ 'ਤੇ ਟਰੈਕਟਰ ਪਰੇਡ ਕਰਾਂਗੇ ਸਾਡਾ ਫਿਰ ਦੁਹਰਾਉਂਦੇ ਹਾਂ ਵੀ ਸਰਕਾਰ ਦੀ ਜਿਹੜੀ ਪਰੇਡ ਹੋ ਰਹੀ ਆ ਉਸ ਪਰੇਡ ਵਿੱਚ ਕੋਈ ਵਿਘਨ ਨਹੀਂ ਪਾਇਆ ਜਾਊਗਾ ਕਿਸੇ ਸਮਾਰਕ 'ਤੇ ਕੋਈ ਕਬਜ਼ਾ ਨਹੀਂ ਕੀਤਾ ਜਾਊਗਾ ਜਿਸ ਤਰੀਕੇ ਨਾਲ ਟਰੈਕਟਰ ਲੈ ਕੇ ਅਸੀਂ ਪਰੇਡ ਕਰਨ ਜਾਵਾਂਗੇ ਇਸੇ ਤਰੀਕੇ ਨਾਲ ਗਿਣੇ ਮਿੱਥੇ ਪ੍ਰੋਗਰਾਮ ਕਰਨ ਤੋਂ ਬਾਅਦ ਵਾਪਸ ਆਵਾਂਗੇ ਤੁਹਾਡੇ ਮਾਧਿਅਮ ਰਾਹੀਂ ਫਿਰ ਅਸੀਂ ਦੱਸਣਾ ਚਾਹਾਂਗੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਨੌਜਵਾਨਾਂ ਨੂੰ ਨੌਜਵਾਨਾਂ ਦਾ ਬਹੁਤ ਅਸੀਂ ਤੁਹਾਡੇ ਰਾਹੀਂ ਝੋਲੀ ਅੱਟਦੇ ਉਹਨਾਂ ਗੜੀ ਵੀ ਜਿੱਡੀ ਵੱਡੀ ਜ਼ਿੰਮੇਵਾਰੀ ਆ ਸਰਕਾਰਾਂ ਦੀਆਂ ਏਜੰਸੀਆਂ ਕੋਈ ਵੀ ਸ਼ਰਾਰਤ ਦੇ ਵਿੱਚ ਕਰਵਾ ਸਕਦੀਆਂ ਵਾ ਸਾਨੂੰ ਸਾਰਿਆਂ ਨੂੰ ਰਲ ਕੇ ਇਹ ਚੱਪੇ ਚੱਪੇ ਦੀ ਆਪ ਜਾਣਕਾਰੀ ਲੈਣੀ ਪਊ ਕੋਈ ਸ਼ਰਾਰਤੀ ਬੰਦੇ ਸਾਡੇ ਘੋਲ ਵਿੱਚ ਨਾ ਵੜਨ ਸਾਡਾ ਨਾਂ ਬਦਨਾਮ ਨਾ ਹੋਵੇ ਦੇਸ਼ ਦਾ ਵੱਡਾ ਦਿਹਾੜਾ ਵਾ ਜਿੱਥੇ ਜਵਾਨ ਪਰੇਡ ਮਨਾਊਗਾ ਉੱਥੇ ਕਿਸਾਨ ਪਰੇਡ ਮਨਾਊਗਾ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰੂਗਾ ਤੋ ਇਸ ਕਰਕੇ ਸਾਡੇ ਵੱਲੋਂ ਇਸ ਕਿਸਮ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਜਿਹੜੇ ਸ਼ੰਕੇ ਲੋਕਾਂ 'ਚ ਫੈਲਾਏ ਜਾ ਰਹੇ ਆ ਕੱਲ੍ਹ ਨੂੰ ਫਿਰ ਤੁਸੀਂ ਉਸੇ ਕੱਲ੍ਹ ਨੂੰ ਰਿੰਗ ਰੋਡ 'ਤੇ ਜਾ ਰਹੇ ਹੋ ਜੀ ਅਸੀਂ ਜਿਹੜਾ ਪਹਿਲਾਂ ਇੱਕ ਹੀ ਬਾਤ ਤੋਂ ਇੱਕ ਹੀ ਵਾਰ ਜਿਤਨੀ ਵਾਰ ਬੁਲਵਾ ਲੀਜੀਏ ਵੀ ਜਹਾਂ ਹਮਨੇ ਐਲਾਨ ਕੀਆ ਹੈ ਉਸੀ ਰੋਡ ਕੇ ਉੱਪਰ ਹਮ ਪੀਸਫੁਲੀ ਜਾਏਂਗੇ ਮਗਰ ਸਮੇਂ ਨਹੀਂ ਹੈ ਪੁਲਿਸ ਆਪਕੋ ਇਜਾਜ਼ਤ ਨਹੀਂ ਦੇ ਰਹੀ ਸਾਹਿਬ ਜੇ ਰੋਕਿਆ ਕੀ ਕਰੋਗੇ ਦੇਖੋ ਰੋਕਣਾ ਨਾ ਰੋਕਣਾ ਇਹ ਉਹਨਾਂ ਦਾ ਫੈਸਲਾ ਵਾ ਕਿੰਨੇ ਟਰੈਕਟਰਾਂ ਦੀ ਗਿਣਤੀ ਹੈ ਜੀ ਮੇਰੇ ਕੋਲ ਹਜ਼ਾਰਾਂ 'ਚ ਆਪਣੀ ਯੂਨੀਅਨ ਦੇ ਟਰੈਕਟਰ ਹੋਣਗੇ ਜੀ ਚਾਰੋ ਯੂਨੀਅਨ ਆਪਕੇ ਹਾਂ ਔਰ ਵੀ ਇੱਕ ਅਮਾਰ ਸਾਹਿਬ ਤੁਹਾਡੇ ਨਾਲ ਵੀ ਕੋਈ ਜਥੇਬੰਦੀ ਪਲੇਅਰ ਸਾਹਿਬ ਤਿੰਨ ਚਾਰ ਯੂਨੀਅਨ ਆ ਬੋਲੀ ਸਰ ਹਮ ਲੋਕ ਕੇ ਜੋ ਪਹਿਲੇ ਫੈਸਲਾ ਹੋਈ ਥੀ ਉਸਮੇ ਇਹ ਥਾ ਕਿ ਆਪਣਾ ਨਾਮ ਬਤਾਈਏ ਔਰ ਆਪਣੇ ਉਸਕਾ ਨਾਮ ਸੰਗਠਨ ਦਾ ਨਾਮ ਰਾਸ਼ਟਰੀ ਕਿਸਾਨ ਸੰਗਠਨ ਪਰਮਜੀਤ ਸਿੰਘ ਅੱਛਾ ਮੈਂ ਹਮ ਲੋਕ ਕੇ ਜੋ ਪਹਿਲੇ ਫੈਸਲਾ ਹੋਈ ਥੀ ਸੰਯੁਕਤ ਕਿਸਾਨ ਮੋਰਚਾ ਕੇ ਸਾਥ ਬੈਠਕ ਮੇਂ ਉਹ ਇਹ ਹੁਆ ਥਾ ਕਿ ਰਿੰਗ ਰੋਡ ਪਰ ਜਾਣਾ ਹੈ लेकिन कल फाइनल जो टीवी में आया है कि उसके अनुसार कि जो रूट दिया गया है वो मात्र 14 किलोमीटर का है रिंग रूट का और इसके कारण लेके हम लोग इसे सहमत नहीं है तो हम लोग पिछली जो सबसे पहले जो ऑफर किया गया था गवर्नमेंट को कि हम जाना है उसी पे हम लोग कायम है अभी तक इस बात से लेके अवगत करा दिए गए हैं साजापुर पर भी हमारे संगठन का ट्रैक्टर है वहाँ से भी जैसे यहाँ से निर्णय हो जाएगा उनको उसी रूट पर आने को बोला जाएगा आप कहाँ से बिहार से आप हाँ मैं बिहार से ठीक है नहीं पंदेर साहब तुसी क्या कि गलबात जड़ी है बनी नहीं हैगी गलबात जड़ी आप कुछ बनी नहीं जिवें ऐलान है नहीं तुसी क्या गलबात नहीं नहीं मानते ते फिर की है देखो मैं पहलो करता मैं बेनती तक कीती थोड़े चरणा च भी असी उससे रूट ते जावांगे सर किन्ने बजे चलोगे केड़ा रूट रहेगा किथे चलोगे ए दी असी विचारना
ਇਹਦਾ ਅਸੀਂ ਐਲਾਨ ਕਰਨਾ ਸ਼ਾਮ ਨੂੰ 4:30 ਜਾਂ 5 ਵਜੇ ਮੈਂ ਫਿਰ ਤੁਹਾਨੂੰ ਦੱਸੂਗਾ ਅਸੀਂ ਪੀਸੀ ਕਰਾਂਗੇ ਪੈਟਰੋਲ ਪੰਪ ਤੇ ਨਹੀਂ ਹੋਊਗਾ ਅਸੀਂ ਉਹਨਾਂ ਭਰਾਵਾਂ ਦੇ ਕਿਸੇ ਪ੍ਰੋਗਰਾਮ ਤੇ ਕੋਈ ਟਿੱਪਣੀ ਨਹੀਂ ਕਰਾਂਗੇ ਉਹਨਾਂ ਨੂੰ ਆਪਣਾ ਪ੍ਰੋਗਰਾਮ ਕਰਨ ਦਾ ਹੱਕ ਆ ਸਾਨੂੰ ਆਪਣਾ ਪ੍ਰੋਗਰਾਮ ਦਾ ਸਰਕਾਰ ਦੇ ਖਿਲਾਫ ਸਾਰੇ ਇੱਕਮੁੱਠ ਆ ਇੱਕਮੁੱਠ ਹੋ ਕੇ ਸਰਕਾਰ ਦੇ ਖਿਲਾਫ ਲੜਾਂਗੇ ਸਾਨੂੰ ਲੱਗਦਾ ਵੀ ਉਹ ਰੂਟ ਦਾ ਪਹਿਲੋ ਸਾਂਝਾ ਐਲਾਨ ਹੋਇਆ ਸੀਗਾ ਤੇ ਸਾਨੂੰ ਉਸ ਗੱਲ ਤੇ ਕਾਇਮ ਰਹਿਣਾ ਸੀ ਇਹਦੇ ਨਾਲ ਦੇਸ਼ ਦੀਆਂ ਤੇ ਪੂਰੀ ਦੁਨੀਆ ਦੀਆਂ ਲੱਖਾਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਜਦੋਂ ਅਸੀਂ ਲੋਕਾਂ ਨਾਲ ਕਮਿਟਮੈਂਟ ਕਰਦੇ ਹਾਂ ਸਾਰੇ ਲੋਕਾਂ ਨੂੰ ਕਿਸੇ ਗੱਲ ਦਾ ਸੱਦਾ ਦਿੰਦੇ ਹਾਂ ਤੇ ਸਾਨੂੰ ਉਸ ਸੱਦੇ ਤੇ ਖੜੇ ਰਹਿਣਾ ਚਾਹੀਦਾ ਸਰਕਾਰ ਕੁਛ ਵੀ ਬਹਾਨੇਬਾਜ਼ੀ ਕਰ ਸਕਦੀ ਆ ਸਰਕਾਰ ਕੁਛ ਵੀ ਬਹਾਨਾ ਲਾ ਸਕਦੀ ਆ ਸਾਨੂੰ ਕਾਇਮ ਰਹਿਣਾ ਸਰ ਜੇ 32-40 ਜਥੇਬੰਦੀਆਂ ਇੱਕ ਪਾਸੇ ਹੋ ਗਈਆਂ ਤਾਂ ਇੱਕ ਜਥੇਬੰਦੀ ਨੂੰ ਕੀ ਇਤਰਾਜ਼ ਰਹਿੰਦਾ ਉਸ ਤੇ ਅਸੀਂ ਇਹ ਨਹੀਂ ਕਹਿੰਦੇ ਹਰ ਇੱਕ ਦਾ ਹੱਕ ਆ ਕੋਈ ਕਰਨਾ ਚਾਹੁੰਦਾ ਸਾਨੂੰ ਆਪਣਾ ਪ੍ਰੋਗਰਾਮ ਅਸੀਂ ਸੰਯੁਕਤ ਮੋਰਚੇ ਦਾ ਪਾਰਟ ਨਹੀਂ ਰਹੇ ਅਸੀਂ 32 ਜਥੇਬੰਦੀ ਦਾ ਪਾਰਟ ਨਹੀਂ ਰਹੇ ਅਸੀਂ ਤਾਲਮੇਲ ਮਾ ਉਹਨਾਂ ਦੇ ਨਾਲ ਕਰਦੇ ਹਾਂ ਤੇ ਗਾਹਾਂ ਵੀ ਕਰਦੇ ਰਹਾਂਗੇ ਸਰਕਾਰ ਦੇ ਖਿਲਾਫ ਲੜਾਈ ਆ ਸਾਡੀ ਟਕਰਾਅ ਦੀ ਸਥਿਤੀ ਪੈਦਾ ਹੋ ਜੂਗੀ ਨਹੀਂ ਵੇਖੋ ਸਾਡੇ ਵੱਲੋਂ ਟਕਰਾਅ ਕੋਈ ਨਹੀਂ ਹੋਊਗਾ ਸਰਕਾਰ ਟਕਰਾਅ ਕਰੂਗੀ ਉਹਨਾਂ ਦੀ ਮਰਜ਼ੀ ਜੇ ਰੋਕਣਗੇ ਸਰਕਾਰ ਵਾਲੇ ਜਾਂ ਪੁਲਿਸ ਰੋਕੂਗੀ ਫੇਰ ਦੇਖੋ ਅਸੀਂ ਪੀਸਫੁਲੀ ਕਰਨਾ ਅਸੀਂ ਕਰਾਂਗੇ ਸਰਕਾਰ ਨੇ ਕੀ ਕਰਨਾ ਉਹ ਆਪਦੀ ਮਰਜ਼ੀ ਦੇਖੀ ਨਹੀਂ ਬੈਰੀਕੇਡ ਜੇ ਲਾਏ ਹੋਏ ਤਾਂ ਉਹਦਾ ਕੀ ਕਰੋਗੇ ਫਿਰ ਪੀਸਫੁਲੀ ਤੇ ਰਹਿਣਾ ਜੀ ਉਹਨਾਂ ਨੇ ਬੈਰੀਕੇਡ ਲਾਏ ਹੋਏ ਫਿਰ ਕੀ ਕਰੋਗੇ ਉੱਥੇ ਬੈਠ ਜਾਓਗੇ ਤੁਸੀਂ ਦੇਖਿਓ ਜਦੋਂ ਪਰੇਡ ਕਰਕੇ ਆਵਾਂਗੇ ਤੁਹਾਨੂੰ ਦਿਖਾ ਦਾਂਗੇ ਪੀਸਫੁਲੀ ਕਿਵੇਂ ਰਹਿਣਾ ਪਰੇਡ ਤਾਂ ਸਰ ਫੇਰ ਹੀ ਹੋਗੀ ਨਾ ਜੇ ਬੈਰੀਕੇਡ ਖੋਲੇ ਜਾਣਗੇ ਨਹੀਂ ਮੈਂ ਤਾਂ ਸਾਫ ਕਹਿੰਦਾ ਟਰੈਕਟਰਾਂ ਦੀ ਪਰੇਡ ਅਸੀਂ ਕਰਾਂਗੇ ਸਰਕਾਰ ਕੀ ਕਰਦੀ ਹੈ ਸਰਕਾਰ ਦਾ ਜ਼ਬਰ ਸਬਰ ਨਾ ਸਿਆਣ ਸਰ ਸਰਕਾਰ ਵੱਲੋਂ ਜੇ ਬੈਰੀਕੇਡ ਲਗਾਏ ਜਾਂਦੇ ਤਾਂ ਬੈਰੀਕੇਡਾਂ ਦਾ ਕੀ ਕੀਤਾ ਜਾਏਗਾ ਤੋੜੇ ਜਾਣਗੇ ਜਾਂ ਉੱਥੇ ਬੈਠਾ ਜਾਏਗਾ ਦੇਖੋ ਉਹਨਾਂ ਨੇ ਕੀ ਕਰਨਾ ਉਹਨਾਂ ਦਾ ਪ੍ਰੋਗਰਾਮ ਹੈ ਅਸੀਂ ਤਾਂ ਹਾਲੇ ਰਿਕਵੈਸਟ ਕਰਕੇ ਆਏ ਆ ਫਿਰ ਰਿਕਵੈਸਟ ਕਰਾਂਗੇ ਵੀ ਉਹ ਸਾਨੂੰ ਰਿੰਗ ਰੋਡ ਮੁਹੱਈਆ ਕਰਨ ਉਹਨਾਂ ਦਾ ਕੀ ਫੈਸਲਾ ਹੁੰਦਾ ਸ਼ਾਮਾਂ ਤੱਕ ਪਤਾ ਲੱਗ ਜੂਗਾ ਸਰ ਸਾਹਮਣੇ ਦੇਖੋ ਇਸਕੇ ਬਾਰੇ ਮੈਂ ਹਮਾਰੀ ਯੂਨੀਅਨ ਫੈਸਲਾ ਕਰ ਲਈ ਹੈ ਔਰ ਸ਼ਾਮ ਕੋ ਪ੍ਰੈਸ ਕਾਨਫਰੰਸ ਕਰਕੇ ਇਸਕੇ ਬਾਰੇ ਮੈਂ ਸਾਰਾ ਐਲਾਨ ਕਰ ਦੇਂਗੇ।